ਕੁੜੀ ਦੇ ਹੱਥ 'ਚ ਮਾਈਕ ਹੀ ਆਇਆ। ਸਟੇਜ ਰੈਲੀ ਦੇ ਚੀਫ ਅਸਾਦੁਦੀਨ ਓਵੈਸੀ ਸਣੇ ਪੁਲਿਸ ਅਫਸਰਾਂ ਨੂੰ ਹੱਥਾਂ ਪੈਰਾਂ ਦੀ ਪੈ ਗਈ। ਦਰਅਸਲ ਆ ਲੜਕੀ ਦਾ ਨਾਂ ਅਮੁਲਿਆ ਹੈ, ਜੋ ਨਾਗਰਿਕਤਾ ਸੋਧ ਕਾਨੂੰਨ ਦੇ ਖਿਲਾਫ ਆਪਣੀ ਭੜਾਸ ਕੱਢਣ ਆਈ ਸੀ, ਜਿਸ ਨੇ ਸਟੇਜ 'ਤੇ ਪਾਕਿਸਤਾਨ ਜ਼ਿੰਦਾਬਾਦ, ਹਿੰਦੁਸਤਾਨ ਜ਼ਿੰਦਾਬਾਦ ਨੇ ਨਾਅਰੇ ਲਗਾਉਣੇ ਸ਼ੁਰੂ ਕਰ ਦਿੱਤੇ। ਪਹਿਲਾਂ ਵੇਖੋ ਸਾਰੀ ਵੀਡੀਓ। ਬੈਂਗਲੋਰ ਤੋਂ ਬਿਊਰੋ ਰਿਪੋਰਟ, ਪੰਜਾਬੀ ਟੀਵੀ।